ਦੱਸਦੇ ਨਹੀਂ ਨੀ ਕਈ ਧਰਮਾਂ ਦੇ ਵਿੱਚ ਬਾੜਦੇ ਨਹੀਂ ਨੀ ਕਿਤੇ ਪੂਜਾ ਮੇਰੀ ਕਰਦੇ ਨਹੀਂ ਹੋ ਵੱਡੇ ਤਾਮੇ ਜਾਮੇ ਆਈ ਅੱਗੇ ਪਿੱਛੇ ਮਾਮੀ ਆਈ ਨੀ ਗੱਭਰੂ ਦੀ ਚੈੱਕ ਕਰ ਟੌਰ ਬੱਲੀਏ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਹੀ ਚੈਨਲ ਚਾਚਾ ਸਿਨਰੀ ਦੇ। ਦੋਸਤੋ, ਇਹਨਾਂ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਚਰਚਾ ਕਾਫੀ ਉੱਠੀ ਹੋਈ ਹੈ, ਅਤੇ ਉਹ ਚਰਚਾ ਇਹ ਹੈ ਕਿ ਸਿੱਧੂ ਮੂਸੇਵਾਲੇ ਦਾ ਹਾਲੀਵੁੱਡ ਸਿੰਗਰ ਡਰੇਕ ਨਾਲ ਗਾਣਾ ਆ ਰਿਹਾ ਹੈ, ਅਤੇ ਡਰੇਕ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਤੋਂ ਸਿੱਧੂ ਮੂਸੇਵਾਲੇ ਨੂੰ ਫੋਲੋ ਵੀ ਕਰਨ ਲੱਗ ਗਿਆ ਹੈ। ਲੇਕਿਨ ਦੋਸਤੋ, ਇਹਨਾਂ ਦੇ ਗਾਣੇ ਬਾਰੇ ਨਾ ਤਾਂ ਹਾਲੇ ਸਿੱਧੂ ਨੇ ਕੁਛ ਆਫੀਸ਼ੀਅਲੀ ਦੱਸਿਆ ਹੈ, ਅਤੇ ਨਾ ਹੀ ਡਰੇਕ ਨੇ। ਲੇਕਿਨ ਸਾਨੂੰ ਸਾਡੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਉਹ ਗਾਣਾ ਤਾਂ ਆਫੀਸ਼ੀਅਲੀ ਰਿਕਾਰਡ ਹੋ ਚੁੱਕਿਆ ਹੈ, ਲੇਕਿਨ ਉਸ ਦੀ ਵੀਡੀਓ ਲੌਕਡਾਊਨ ਹੋਣ ਕਰਕੇ ਸਿਰਫ 60% ਸ਼ੂਟ ਹੋਈ ਹੈ, ਅਤੇ ਜਿਵੇਂ ਹੀ ਸਾਰੀ ਕੰਟਰੀਜ਼ ਵਿੱਚ ਲੌਕਡਾਊਨ ਲਿਫਟ ਹੋਵੇਗਾ, ਇਹ ਗਾਣੇ ਦੀ ਸ਼ੂਟਿੰਗ ਪੂਰੀ ਹੋ ਜਾਵੇਗੀ। ਨਾਲ ਦੀ ਨਾਲ ਹੀ ਉਹ ਗਾਣਾ ਸਿੱਧੂ ਮੂਸੇਵਾਲੇ ਦੇ ਚੈਨਲ 'ਤੇ ਰਿਲੀਜ਼ ਵੀ ਕਰ ਦਿੱਤਾ ਜਾਵੇਗਾ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਹ ਗਾਣਾ ਆਪਾਂ ਨੂੰ ਸਪਤੰਬਰ ਦੇ ਪਹਿਲੇ ਹਫ਼ਤੇ ਤੱਕ ਸੁਣਨ ਨੂੰ ਮਿਲ ਸਕਦਾ ਹੈ, ਅਤੇ ਇਸ ਗਾਣੇ ਦਾ ਆਫੀਸ਼ੀਅਲੀ ਨਾਮ ਵੀ ਤੈਅ ਹੋ ਚੁੱਕਿਆ ਹੈ, ਜੋ ਕਿ ਹੈ ਟੈਪ ਲਾਈਫ। ਦੋਸਤੋ, ਇੱਦਾਂ ਦੀ ਹੋਰ ਜਾਣਕਾਰੀ ਅਤੇ ਮਨੋਰੰਜਕ ਵੀਡੀਓ ਦੇਖਣ ਲਈ ਆਪਣੇ ਹੀ ਚੈਨਲ ਚਾਚਾ ਸਿਨੀ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।